ਗਰਾਈਂਡਰ ਤੇ ਤੇਰੀ ਕੁਰਸੀ ਤੋਂ ਖਿੱਚ ਲਵਾਂਗੇ ਕੁਰਸੀ ਤੋਂ ਰੋਸ ਪ੍ਰਦਰਸ਼ਨ ਦਾ ਚੋਪੜਾ ਜੀ ਇਹੀ ਹੈ, ਤੁਹਾਨੂੰ ਵੀ ਪਤਾ, ਤੁਸੀਂ ਵੀ ਸ਼ਹਿਰ ਦੇ ਵਿੱਚ ਜ਼ਿਲ੍ਹੇ ਰੋਪੜ ਦੇ ਬੁੱਢੇ ਹੋ ਗਏ, 20-25 ਸਾਲ ਮੁਲਾਜ਼ਮਾਂ ਨੂੰ ਹੋ ਗਏ, ਇਹ ਸਰਕਾਰਾਂ ਕਿੰਨੀਆਂ ਆ ਗਈਆਂ, ਕਿੰਨੀਆਂ ਚੱਲ ਗਈਆਂ, ਕੋਈ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਵੀ ਹਰਾ ਨਾਰਾ ਨਹੀਂ ਲਾ ਰਿਹਾ। ਤੇ ਅਸੀਂ ਦੇਖੋ, ਸਾਡੀ ਤਾਂ ਇਹੀ ਬੇਨਤੀ ਹੈ ਤੇ ਅਸੀਂ ਸ਼ਹਿਰ ਨੂੰ ਆਪਣੇ ਨਾਲ ਲਾ ਕੇ ਚੱਲਾਂਗੇ, ਸ਼ਹਿਰ ਨੂੰ ਆਪਾਂ ਨਾਰਾਜ਼ ਨਹੀਂ ਕਰਨਾ, ਸ਼ਹਿਰ ਸਾਡੇ ਨਾਲ ਹੈ, ਪਿਛਲੀ ਵਾਰ ਵੀ ਸਾਡੇ ਨਾਲ ਸੀ, ਸਾਡੇ ਹੱਕ ਦੇ ਵਿੱਚ ਪੂਰਾ ਹਰਾ ਨਾਰਾ ਲਾ ਰਹੇ। ਡਿਮਾਂਡ ਸਾਡੀ ਇਹ ਹੈ ਵੀ ਜਿਹੜੇ ਕੱਚੇ ਕੰਮ ਹੈ ਪੱਕੇ ਕੀਤੇ ਜਾਣ ਤੇ ਠੇਕੇਦਾਰੀ ਸਿਸਟਮ ਜਿਹੜਾ ਟੋਟਲੀ ਬੰਦ ਕੀਤਾ ਜਾਵੇ। ਨੰਬਰ 2, ਜਿਹੜੀ ਸੈਲਰੀ ਹੈ, ਸੈਲਰੀ 10,000 ਨਾਲ ਚੋਪੜਾ ਜੀ ਕੁਛ ਨਹੀਂ ਬਣਦਾ। ਜਿਹੜੇ ਬੜੇ ਬੜੇ ਲੀਡਰ ਹੈ, ਬੜੇ ਬੜੇ ISPCS ਹੈ, ਜਦ ਸਾਡੀਆਂ ਮੀਟਿੰਗ ਆਉਂਦੀਆਂ ਕਹਿੰਦੇ ਦੱਸੋ ਜੀ, ਅਸੀਂ ਇਹਨਾਂ ਨੂੰ ਇਹ ਦੱਸਦੇ ਵੀ 7,500, ਪਿਛਲੀ ਵਾਰ ਸਾਡਾ 75 ਸੀ, ਸਾਡੇ 10,000, ਪਰ 10,000 ਚ ਇਹਨਾਂ ਦੇ ਜਿਹੜੇ ਡੋਗੀ ਹੈ ਉਹਨਾਂ ਦਾ ਖਰਚਾ ਹੁੰਦਾ, ਸਾਡਾ ਜਿਹੜਾ ਮੁਲਾਜ਼ਮ ਹੈ 10,000 ਲੈ ਰਿਹਾ, ਉਹ ਟੱਬਲ ਪਾਲ ਲਿਆ 10,000 ਚ। ਸਾਡੇ ਨਾਲ ਮਜ਼ਾਕ ਕਰਤੀ ਸਰਕਾਰ, ਮਜ਼ਾਕ ਵੀ ਤਗੜਾ ਕੀਤਾ, 163 ਰੁਪਏ ਸਾਨੂੰ ਤਾਂ ਗਨਮੈਨ ਰੱਖਣੇ ਪੈ ਗਏ ਜੀ, ਚੋਪੜਾ ਜੀ ਸਾਨੂੰ ਤਾਂ ਖਤਰਾ ਪੈ ਗਿਆ ਸਾਡੀਆਂ ਲੇਡੀਜ਼ ਨੂੰ, ਤੇ ਸਾਡੇ ਕੋਲ ਕੋਈ ਕੈਸ਼ ਨਾ ਖੋਲ ਹੈ, ਕੋਈ ਕੁਛ ਨਾ ਹੋ ਜਾਵੇ। ਸਾਡੀਆਂ ਚੋਪੜਾ ਜੀ ਨਹੀਂ ਮੰਗਾਂ ਮੰਨੀਆਂ ਗਈਆਂ ਤੇ ਅਗਲਾ ਸੰਘਰਸ਼ ਹੈ, ਅਗਲੀ ਜਿਹੜੀ ਮੀਟਿੰਗ ਹੈ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੈ, ਉਸ ਤੋਂ ਜਿਹੜਾ ਹਾਈ ਕਮਾਂਡ ਦਾ ਸਾਡਾ ਹੁਕਮ ਹੋਏਗਾ, ਸਾਨੂੰ ਉਹਨਾਂ ਦਾ ਹੁਕਮ ਜਿਹੜਾ ਸਿਰ ਮੱਥੇ ਤੇ, ਅਗਲਾ ਸੰਘਰਸ਼ ਜਿਹੜਾ ਸਾਡੀ ਹਾਈ ਲੈਵਲ ਮਹਾਸੰਘ ਸੰਗਠਨ ਪੰਜਾਬ ਜੋ ਸਾਨੂੰ ਹੁਕਮ ਕਰੇਗਾ, ਅਸੀਂ ਉਹਨਾਂ ਦੀ ਹੁਕਮ ਦੀ ਕੱਲ ਦਾ ਪ੍ਰੋਗਰਾਮ ਕੀ ਹੈ? ਕੱਲ ਦਾ ਪ੍ਰੋਗਰਾਮ ਇਹ ਹੈ ਜੀ, ਅਸੀਂ ਪ੍ਰਸ਼ਾਸਨ SDM ਸਾਹਿਬ ਦੇ ਦਫ਼ਤਰ ਦੇ ਕੋਲ ਮਟਕਾ ਤੋੜ ਜਿਹੜਾ ਮਜ਼ਾਰਾ ਕਰਨਾ ਹੈ। ਹਾਂਜੀ, ਮੇਰਾ ਸੁਖਚੈਨ ਬਹੁਤ ਕਮਾਂਡੋ, ਮੈਂ ਵਾਲਮੀਕ ਮੰਦਿਰ ਦਾ ਪ੍ਰਧਾਨ, ਮੇਰਾ ਇਹਨਾਂ ਦੇ ਨਾਲ ਪੂਰਾ ਸਮਰਥਨ ਹੈ, ਮੇਰੀ ਟੀਮ ਦਾ, ਮੇਰੇ ਨਾਲ ਜਿੰਨੇ ਵੀ ਮੇਰੇ ਸਾਥੀ ਹੈ ਸਾਰਾ ਸਮਰਥਨ ਦੇਵਾਂਗੇ, ਕਿਉਂਕਿ ਇਹ ਜਿਹੜੀ ਬੇਰੁਜ਼ਗਾਰੀ ਦੀ ਗੱਲ ਹੈ ਨਾ ਜੀ, ਇਹ ਸਾਰੇ ਪਾਸੇ ਅੱਗ ਵਾਂਗੂ ਫੈਲੀ ਵੀ ਹੈ। BBMB ਪ੍ਰਸ਼ਾਸਨ ਨੂੰ ਵੀ ਤੁਹਾਡੇ ਮਾਧਿਅਮ ਨਾਲ ਚੇਤਾਵਨੀ ਦੇਣਾ ਚਾਹੁੰਦਾ, ਸਾਡੇ BBMB ਦੇ ਜਿਹੜੇ ਅਫਸਰ ਅਫਸਰਸ਼ਾਹੀ ਹੈ, ਇਹਨਾਂ ਨੇ ਬਹੁਤ ਗੁੰਡਾਗਰਦੀ ਪਾਈ ਹੋਈ ਹੈ, ਇਹ ਇੱਥੇ JEE ਮਾਨ ਨਹੀਂ ਹੈ, ਸਾਡੀਆਂ ਵੈਕੈਂਸੀਆਂ ਸੀਵਰਮੈਨ, ਸਾਡੇ ਸਫਾਈ ਸੇਵਕ ਭਰਾ, ਸਾਡੇ ਮਜ਼ਦੂਰ ਹੈਲਪਰ ਭਰਾ ਕਿੱਥੇ ਜਾਣਗੇ? ਦੱਸੋ ਜਰਾ, ਤੁਸੀਂ ਇਹ ਦੱਸੋ, ਪੱਤਰਕਾਰ ਸਾਹਿਬ, ਇੰਨੀ ਗੁੰਡਾਗਰਦੀ ਪਾਈ ਹੋਈ ਹੈ, ਇੱਧਰ ਕੌਂਸਲ 'ਚ ਸਾਡੀ ਵਰਤੋਂ ਹੋ ਰਹੀ ਹੈ, ਘਰ ਘਰ ਦੇ ਬੱਚੇ 10,000 'ਚ, ਤੁਸੀਂ ਦੱਸੋ 5,000 'ਚ ਕੀ ਬਣਦਾ? ਤੁਸੀਂ ਆਪ ਦੱਸੋ ਸਾਨੂੰ, ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ, ਤੁਸੀਂ ਪੱਤਰਕਾਰ ਭਰਾ ਸਾਡੇ, ਤੁਸੀਂ ਸੱਚੀ ਗੱਲ ਅੱਗੇ ਲੈ ਕੇ ਜਾਂਦੇ ਹੈ, ਸਾਡੇ ਘਰ ਵਿੱਚ ਘਰ ਘਰ 'ਚ ਬੇਰੁਜ਼ਗਾਰੀ ਹੋ ਗਈ ਵੀ ਹੈ, ਜੇ ਇੱਦਾਂ ਦੇ ਹਾਲਾਤ ਰਹੇ ਨਾ ਤਾਂ ਮੈਨੂੰ ਨਹੀਂ ਲੱਗਦਾ ਮੰਦੇ ਸ਼ਹਿਰ ਫਿਰ ਖੁਸ਼ਹਾਲੀ ਦੀ ਲੀਹ ਵਾਲਾ ਚੱਲਣਾ, ਇੱਥੇ ਚਿੱਟਾ ਮਾਫੀਆ ਹੋ ਗਿਆ ਪਿਆ, ਚੋਰੀ ਗੁੰਡਾਗਰਦੀ ਲੁੱਚੇ ਠਾਗ ਮਾਫੀਆ ਹੋ ਗਿਆ ਪਿਆ, ਉਹ ਨੰਗਲ ਸ਼ਹਿਰ ਦੇ ਜਿੰਨੇ ਵੀ ਸਾਡੇ ਮੁਲਾਜ਼ਮ ਭਰਾ ਹੈ ਇਹ ਕੁਛ ਗੌਰ ਨਹੀਂ ਕਰਦੇ ਪਏ।
ਅਸੀਂ ਪੂਰਾ ਸਮਰਥਨ ਦਵਾਂਗੇ ਆਪਣੇ ਭਰਾ ਨਾਲ। ਇਹ ਸਾਡੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਹੈ ਕੌਸ਼ਲ ਜੀ, ਆਪਾਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜੀ।